ਵਾਈਚ ਹੋਈ ਔਰ ਜਿਸ ਦੇ ਵਿੱਚ ਪੰਜਾਬ ਦੇ ਵਿੱਚ ਖੇਡਾਂ ਨੂੰ ਕਿਵੇਂ ਪ੍ਰਮੋਟ ਕਰਨਾਗਾ ਪੰਜਾਬ ਦੇ ਖਿਡਾਰੀਆਂ ਨੂੰ ਕਿਵੇਂ 올림픽ਸ ਦੇ ਵਿੱਚ ਲੈ ਕੇ ਜਾਣਾਗਾ ਪੰਜਾਬ ਦੇ ਵਿੱਚ ਕਿਉਂਕਿ ਬਹੁਤ ਵੱਡੀ ਪੰਜਾਬ ਦੇ ਖਿਡਾਰੀ ਜਿਹੜੇ ਹੈਗੇ ਨੇ ਪਰ ਜੀ ਉਹਨਾਂ 'ਚ ਪ੍ਰਭਤਾ ਗਈ ਬੜੀ ਉਹਨਾਂ ਦੇ ਵਿੱਚ ਮੈਂ ਸਮਝਦਾ ਕਿ ਖੇਡਾਂ ਦੇ ਪ੍ਰਤੀ ਆਪਣੀ ਭਾਵਨਾ ਗਈ ਉਸ ਨੂੰ ਕਿਵੇਂ ਅੱਗੇ ਲੈ ਕੇ ਜਾਣਾਗਾ ਕਾਫੀ ਹੱਦ ਤੱਕ ਜਿਹੜੇ ਸਾਡੇ ਬੱਚੇ ਨੇਗੇ ਉਹ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਭਾਗ ਲੈਂਦੇ ਨੇ 올림픽ਸ ਤੱਕ ਕਿਵੇਂ ਹੋਰ ਅੱਗੇ ਲੈ ਕੇ ਜਾਣਾਗਾ ਸੋ ਉਹਦੇ ਲਈ ਇੱਕ ਨਵੀਂ ਜਿਹੜੀ ਆ ਸਪੋਰਟਸ ਪਾਲਿਸੀ ਆ ਉਹਨੂੰ ਅੱਜ ਪ੍ਰਵਾਨ ਕੀਤਾ ਗਿਆ ਇੱਕ ਨਰਸਰੀ ਤੋਂ ਲੈ ਕੇ ਇੱਕ ਇੱਕ ਛੋਟੇ ਬੱਚੇ ਤੋਂ ਲੈ ਕੇ ਕਾਲਜ ਦੇ ਤੱਕ ਯੂਨੀਵਰਸਿਟੀ ਤੱਕ ਔਰ ਉਸ ਤੋਂ ਬਾਅਦ ਕਿਵੇਂ ਖੇਡਾਂ ਨੂੰ ਪ੍ਰਮੋਟ ਕਰਨਾਗਾ ਔਰ ਕਿਵੇਂ ਬੱਚਿਆਂ ਦੀ ਡਾਇਟ ਦਾ ਧਿਆਨ ਰੱਖਣਾਗਾ ਕਿਸ ਤਰ੍ਹਾਂ ਕੋਚਾਂ ਦੀ ਭਰਤੀ ਹੋਊਗੀ ਨਵੇਂ ਕੋਚ ਕਿਸ ਤਰ੍ਹਾਂ ਲਾਏ ਜਾਣਗੇ ਕੀ ਜਿਹੜੇ ਇਨਾਮ ਹੋਣਗੇ ਸਾਰੇ ਦੀ ਜਿਹੜੀ ਆ ਅੱਗੇ ਰੱਖ ਕੇ ਅੱਜ ਇੱਕ ਨਵੀਂ ਜਿਹੜੀ ਆ ਸਪੋਰਟਸ ਪਾਲਿਸੀ ਆ ਉਹਨੂੰ ਪ੍ਰਵਾਨ ਕੀਤਾ ਗਿਆ ਇਸੇ ਤਰ੍ਹਾਂ ਪੰਜਾਬ ਦੇ ਅੰਦਰ ਜਿਹੜੇ ਮੈਡੀਕਲ ਕਾਲਜ ਨੇਗੇ ਉਹਨਾਂ ਵਿੱਚ ਡੈਂਟਲ ਜਿਹੜੇ ਪ੍ਰੋਫੈਸਰ ਸੀ ਜਾਂ ਐਸੋਸੀਏਟ ਪ੍ਰੋਫੈਸਰ ਸੀ ਉਹਨਾਂ ਦੀ ਘਾਟ ਸੀ ਉਹਨਾਂ ਸਾਮੀਆਂ ਨੂੰ ਭਰਨ ਦੀ ਪ੍ਰਵਾਨਗੀ ਜਿਹੜੀ ਅੱਜ ਦਿੱਤੀ ਗਈ ਆ ਇਸੇ ਤਰ੍ਹਾਂ ਪੰਜਾਬ ਦੇ ਅੰਦਰ ਇਹ 39 ਲਗਭਗ 39 ਪੋਸਟਾਂ ਨੇਗੀਆਂ ਔਰ ਇਸ ਤੋਂ ਬਾਅਦ ਸ਼੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਜਿਹੜੀ ਹੁਸ਼ਿਆਰਪੁਰ ਦੇ ਵਿੱਚ ਆ ਉੱਥੇ 14 ਸੁਪਰਵਾਈਜ਼ਰ ਪੰਜਾਬ ਦੇ ਅੰਦਰ ਸਭ ਦੀ ਸਿਹਤ ਦਾ ਖਿਆਲ ਰੱਖ ਕੇ ਜਿਹੜੇ ਯੋਗਾ ਕਰਾਉਣ ਵਾਲੇ ਅਸੀਂ ਭਰਤੀ ਕਰਾਂਗੇ ਉਹ ਪੂਰੇ ਪੰਜਾਬ ਦੇ ਅੰਦਰ ਆਪਣੀ ਭਰਤੀ ਕਰਾਉਣਗੇ ਨਵੀਂ ਜਿਹੜੀ ਆ ਆਟਾ ਦਾਲ ਸਕੀਮ ਨੂੰ ਪ੍ਰਵਾਨਗੀ ਦਿੱਤੀ ਗਈ ਆ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਡਾਇਰੈਕਟ ਆਟਾ ਜਿਹੜਾ ਗਾ ਉਹ ਲਾਭਪਾਤਰੀਆਂ ਦੇ ਘਰ ਤੱਕ ਕਿਵੇਂ ਪਹੁੰਚੂਗਾ ਉਹ ਅਸੀਂ ਨਵੀਂ ਸਕੀਮ ਬਣਾਈ ਜਾਗੀ ਸੋ ਬਿਲਕੁਲ ਆਉਣ ਵਾਲੇ ਸਮੇਂ 'ਚ ਲਾਗੂ ਹੋਊਗੀ ਔਰ ਪੰਜਾਬ ਦੇ ਲੋਕਾਂ ਨੂੰ ਇਹਦਾ ਵੱਡਾ ਫਾਇਦਾ ਹੋਊਗਾ ਇਸੇ ਤਰ੍ਹਾਂ ਪੰਜਾਬ ਦਾ ਜਿਨ੍ਹਾਂ ਦਾ ਬਿਜਲੀ ਦਾ ਬਿੱਲ ਜਿਹੜਾ ਉਹ ਬਕਾਇਆ ਪਿਆ ਸੀਗਾ ਅੱਜ ਉਹ ਅਸੀਂ ਉਹ ਬਿਜਲੀ ਦੇ ਬਿੱਲ ਜਿਹੜੇ ਨੇ ਉਹ ਖਤਮ ਕੀਤੇ ਨੇਗੇ ਇਸ ਮਹੀਨੇ ਤੱਕ ਦੇ ਸਾਰੇ ਬਿਜਲੀ ਦੇ ਬਿੱਲ ਜਿਹੜੇ ਨੇਗੇ ਉਹ ਮਾਫ਼ ਹੋ ਜਾਣਗੇ ਤਾਂ ਕਿ ਸਾਡੀਆਂ ਬਹੁਤ ਸਾਰੀ ਜਗ੍ਹਾ ਦੇ ਉੱਤੇ ਸਾਡੇ ਜਿਹੜੇ ਦੇਗੇ ਸਾਡੀਆਂ ਆਪਣੀਆਂ ਗਊਆਂ ਨੇਗੀਆਂ ਉਹ ਗਊਸ਼ਾਲਾ ਦੇ ਅੰਦਰ ਰੱਖੀਆਂ ਜਾਂਦੀਆਂ ਨੇਗੀਆਂ ਸੋ ਇਹ ਜਿਹੜੇ ਅੱਜ ਅਹਿਮ ਫੈਸਲੇ ਹੋਏ ਨੇਗੇ ਇਸ ਤੋਂ ਬਿਨਾਂ ਜਿਹੜੇ ਧਰਮੀ ਫੌਜੀ ਸੀਗੇ ਪੰਜਾਬ ਦੇ ਅੰਦਰ ਧਰਮੀ ਫੌਜੀ ਸੀਗੇ ਉਹਨਾਂ ਦੀ ਜਿਹੜੀ ਪੈਨਸ਼ਨ ਆ ਉਹ 10,000 ਤੋਂ ਵਧਾ ਕੇ 12,000 ਕੀਤੀ ਗਈ ਆ ਤਾਂ ਕਿ ਅੱਜ ਕਿਉਂਕਿ ਸਮੇਂ ਦੀ ਲੋੜ ਸੀਗੀ ਬਹੁਤ ਘੱਟ ਤਨਖਾਹ ਸੀਗੀ ਸੋ ਅੱਜ ਉਹ ਵਧਾ ਕੇ ਜਿਹੜੀ ਆ 12,000 ਕੀਤੀ ਗਈ ਆ ਇਹ ਜਿਹੜੇ ਇਸ ਤਰ੍ਹਾਂ ਦੇ ਅਹਿਮ ਫੈਸਲੇ ਅੱਜ ਦੀ ਇਸ ਕੈਬਨਿਟ 'ਚ ਹੋਏ ਨੇ ਨਹੀਂ ਨਹੀਂ ਐਕਸਾਈਜ਼ ਪਾਲਿਸੀ 'ਚ ਕੋਈ ਸੋਧ ਨਹੀਂ ਹੋਇਆ ਜੀ ਸਪੋਰਟਸ ਪਾਲਿਸੀ ਨਵੀਂ ਆਈ ਹੈਗੀ ਕ੍ਰਸ਼ਰ ਪਾਲਿਸੀ ਦੇ ਅੰਦਰ ਛੋਟੇ ਬਦਲਾਅ ਕੀਤੇ ਗਏ ਨੇ ਤਾਂ ਕਿ ਉਹਨੂੰ ਹੋਰ ਤਰਕਸੰਗਤ ਬਣਾਇਆ ਗਿਆ ਹੋਰ ਟ੍ਰਾਂਸਪੇਰੈਂਸੀ ਉਹਦੇ 'ਚ ਲਿਆਂਦੀ ਗਈ ਆ ਔਰ ਉਹਨੂੰ ਜਿਹੜਾ ਹੈਗਾ ਇਸ ਨਾਲ ਜੋੜਿਆ ਗਿਆ ਕਿ ਬਿਜਲੀ ਦੀ ਕੰਜਮਪਸ਼ਨ ਕਿੰਨੀ ਹੋਣੀ ਹੈ ਬਿਜਲੀ ਦੀ ਕੰਜਮਪਸ਼ਨ ਨਾਲ ਜੋੜਿਆ ਗਿਆ ਤਾਂ ਕਿ ਗੈਰ ਕਾਨੂੰਨੀ ਕੀਤੀ ਗਈ ਕਿਸੇ ਵੀ ਜਿਹੜੀ ਆ ਮਾਈਨਿੰਗ ਆ ਉਹਦੇ ਕ੍ਰਸ਼ 'ਚ ਉੱਥੇ ਜਿਹੜੀ ਆ ਉਹ ਕ੍ਰਸ਼ ਨਾ ਹੋ ਸਕੇ ਇਹ ਸਾਰਾ ਇੱਕ ਬੜੇ ਅੱਛੇ ਤਰੀਕੇ ਨਾਲ ਤਿਆਰ ਕੀਤਾ ਗਿਆ ਮਤਲਬ ਇਹ ਹੜਾਂ ਦਾ ਬੜਾ ਪ੍ਰਭਾਵ ਹੈ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਪਈ ਹੈ ਪੰਜਾਬ ਨੂੰ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਅਸੈਸਮੈਂਟ ਹੋਈ ਹੈ ਬਿਲਕੁਲ ਹੁਣ ਤੱਕ ਜਿਹੜੀ ਮੈਂ ਸਮਝਦਾ ਕੱਚੇ ਤੌਰ ਦੇ ਉੱਤੇ ਅਸੈਸਮੈਂਟ ਹੋਈ ਹੈਗੀ ਅਜੇ ਪਰਮਾਨੈਂਟ ਨਹੀਂ ਹੋਈ ਕਿਉਂਕਿ ਇਹ ਗਿਰਦਾਵਰੀ ਚੱਲ ਰਹੀ ਆ ਪਾਣੀ ਲਗਾਤਾਰ ਉਤਰਿਆ ਗਿਆ ਔਰ 1500 ਕਰੋੜ ਤੋਂ ਉੱਪਰ ਦਾ ਜਿਹੜਾ ਹੈਗਾ ਅਸੀਂ ਟੈਂਟੇਟਿਵਲੀ ਜਿਹੜਾ ਬਣਾ ਕੇ ਗਵਰਨਮੈਂਟ ਆਫ ਇੰਡੀਆ ਨੂੰ ਭੇਜਿਆ ਗਿਆ ਅਤੇ ਇੰਨੇ ਪੈਸੇ ਤੁਰੰਤ ਜਾਰੀ ਕੀਤੇ ਜਾਣ ਇਸ ਤੋਂ ਬਿਨਾਂ ਬਿਲਕੁਲ ਗਿਰਦਾਵਰੀ ਹੋ ਰਹੀ ਆ ਗਿਰਦਾਵਰੀ ਦੇ ਮੁਤਾਬਕ ਜਿਹੜਾ ਜਿੰਨੀ ਪੂਰਾ ਪੁਖਤਾ ਆਊਗਾ ਉਹ ਵੀ ਅਸੀਂ ਗਵਰਨਮੈਂਟ ਆਫ ਇੰਡੀਆ ਨੂੰ ਭੇਜਾਂਗੇ ਔਰ 44 ਬੰਦਿਆਂ ਦੀ 44 ਲੋਕਾਂ ਦੀ ਜਿਹੜੀ ਜਾਨ ਆ ਉਹ ਇਸ ਹੜਾਂ ਦੇ ਦੌਰਾਨ ਚਲੀ ਗਈ ਸੀਗੀ ਉਹਨਾਂ 44 ਨੂੰ ਜਿਹੜਾ ਹੈ 4-4 ਲੱਖ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਉਹਨਾਂ ਦੇ ਪਰਿਵਾਰਾਂ ਨੂੰ ਮਾਲੀ ਸਹਾਇਤਾ ਦਿੱਤੀ ਗਈ ਆ ਜਿਹੜੇ ਇੰਜਰਡ ਨੇਗੇ ਉਹਨਾਂ ਨੂੰ ਵੀ ਸਹਾਇਤਾ ਕੀਤੀ ਜਾ ਰਹੀ ਆ ਜਿਨ੍ਹਾਂ ਦੇ ਘਰ ਟਹਿ ਗਏ ਉਹਨਾਂ ਨੂੰ ਬਿਲਕੁਲ ਅਸੀਂ ਪੈਸੇ ਦੇਵਾਂਗੇ ਇਹਦੇ ਲਈ ਅਸੀਂ ਪਾਲਿਸੀ ਤਿਆਰ ਕੀਤੀ ਕਿੰਮਤ ਸਾਹਿਬ ਆਟਾ ਦਾਲ ਦੀ ਗੱਲ ਕਰ ਰਹੇ ਹੋ ਤੁਸੀਂ ਆਟਾ ਦਾ ਲਗਾਤਾਰ ਕਾਰ ਕੱਟੇ ਜਾ ਰਹੇ ਨੇ ਬਿਲਕੁਲ ਸਪੈਸ਼ਲ ਗਰਦਾਵਰੀ ਕੀਤੀ ਜਾ ਰਹੀ ਔਰ 15 ਅਗਸਤ ਤੋਂ ਪਹਿਲਾਂ ਗਰਦਾਵਰੀ ਕਰਕੇ ਸਾਰੇ ਡਿਪਟੀ ਕਮਿਸ਼ਨਰ ਹਦਾਇਤ ਜਾਰੀ ਡਿਪਟੀ ਕਮਿਸ਼ਨਰ ਸਾਹਿਬ ਨੂੰ ਹਦਾਇਤ ਜਾਰੀ ਕੀਤੀ ਆ ਉਹ ਸਾਰੇ ਸਾਡੇ ਕੋਲ ਰਿਪੋਰਟਾਂ ਪਹੁੰਚਣਗੀਆਂ ਉਸ ਤੋਂ ਬਾਅਦ ਸਾਰਿਆਂ ਨੂੰ ਜਿੰਨਾ ਬਣਦਾ ਮੁਆਵਜ਼ਾ ਉਹ ਮਿਲ ਜੂਗਾ ਓਕੇ ਸਰ ਥੈਂਕ ਯੂ ਸਰ ਬਿਲਕੁਲ